ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕੀ ਹੋ ਗਿਆ ਸਾਡੀ ਕੌਮ ਨੂੰ ਜੋ ਅਸੀਂ ਆਪਣੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਦਬ ਸਤਕਾਰ ਬਹਾਲ ਨਹੀਂ ਰੱਖ ਪਾ ਰਹੇ ਆਏ ਦਿਨ ਕਿਤੇ ਨਾ ਕਿਤੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਨਿਰਾਦਰ ਦੀ ਕੋਈ ਨਾ ਕੋਈ ਘਟਨਾ ਐਸੀ ਦੇਖਣ ਨੂੰ ਮਿਲਦੀ ਹੈ ਜਿਸ ਨੂੰ ਦੇਖ ਕਰਕੇ ਹਿਰਦਾ ਬਲੁੰਦ ਰਿਆ ਜਾਂਦਾ ਮਰਨ ਨੂੰ ਥਾਂ ਨਹੀਂ ਲੱਭਦਾ ਇਹ ਦਿਨ ਦੇਖਣ ਤੋਂ ਪਹਿਲਾਂ ਸਾਡੇ ਪ੍ਰਾਣ ਨਿਕਲ ਜਾਣ ਤੇ ਮੈਂ ਸਮਝਦਾ ਕਿਤੇ ਚੰਗਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਰਾਦਰੀ ਕਰਨ ਵਾਲੇ ਇਹ ਲੋਕ ਕੌਣ ਹਨ ਕੌਣ ਇਹਨਾਂ ਨੂੰ ਟ੍ਰੇਨਡ ਕਰਦਾ ਹੈ ਕੌਣ ਇਹਨਾਂ ਨੂੰ ਭੇਜਦਾ ਹੈ ਤੇ ਕਿੱਥੇ ਸੁੱਤੇ ਰਹਿੰਦੇ ਹਨ ਉਹ ਪ੍ਰਬੰਧਕ ਕਿੱਥੇ ਸੁੱਤੀਆਂ ਹਨ ਉਹ ਕਮੇਟੀਆਂ ਉਹ ਸੰਗਤਾਂ ਜਿਹੜੀਆਂ ਆਪਣੇ ਸਤਿਗੁਰਾਂ ਜੀ ਦੇ ਸਰੂਪ ਦੀ ਸੇਵਾ ਸੰਭਾਲ ਅਦਬ ਸਤਕਾਰ ਨੂੰ ਬਹਾਲ ਨਹੀਂ ਰੱਖ ਸਕਦੀਆਂ ਮਰ ਕਿਉਂ ਨਹੀਂ ਜਾਣਾ ਚਾਹੀਦਾ ਸਾਨੂੰ ਜਦੋਂ ਸਾਡੇ ਸਤਿਗੁਰਾਂ ਦੇ ਇਸ ਤਰ੍ਹਾਂ ਸਾਨੂੰ ਨਰਾਦਰ ਦੇਖਣ ਨੂੰ ਮਿਲਦੇ ਨੇ ਜਿਸ ਵੀ ਥਾਂ ਤੇ ਇਹ ਘਟਨਾ ਵਾਪਰਦੀ ਹੈ ਉਸ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਨੂੰ ਉਸ ਗੁਰਦੁਆਰਾ ਸਾਹਿਬ ਜੀ ਦੇ ਨਾਲ ਜੁੜੀ ਹੋਈ ਸੰਗਤ ਨੂੰ ਮੈਂ ਸਮਝਦਾ ਕੋਟਾਨ ਕੋਟ ਲੜਨ ਤਾਂ ਪੈਣੀਆਂ ਚਾਹੀਦੀਆਂ ਨੇ ਜਿਹੜੀਆਂ ਸਤਿਗੁਰਾਂ ਦੇ ਨਰਾਦਰ ਦੇਖ ਕਰਕੇ ਵੀ ਤੇ ਮੂੰਹ ਨਹੀਂ ਖੋਲਦੀਆਂ ਯਤਨ ਨਹੀਂ ਕਰਦੀਆਂ ਕਿੱਥੋਂ ਆਉਂਦੇ ਨੇ ਇਹ ਸ਼ੈਤਾਨੀ ਲੋਕ ਜਿਹੜੇ ਸਤਗੁਰਾਂ ਦੇ ਨਰਾਦਰ ਕਰਦੇ ਨੇ ਅੱਜ ਮੰਡੀ ਗੁਬਿੰਦਗੜ੍ਹ ਦੇ ਨੇੜੇ ਕਿੱਡੀ ਬੇਰਹਿਮੀ ਦੇ ਨਾਲ ਇੱਕ ਸ਼ੈਤਾਨ ਲੋਕ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਨਰਾਦਰ ਕਰ ਰਿਹਾ ਤੇ ਸਾਡੇ ਲੋਕ ਫਿਰ ਬਾਰ-ਬਾਰ ਉਹਨਾਂ ਵੀਡੀਓ ਨੂੰ ਫੋਟੋਆਂ ਨੂੰ ਸ਼ੇਅਰ ਕਰਦੇ ਨੇ ਸਾਨੂੰ ਸੋਚਣਾ ਚਾਹੀਦਾ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਹਕੂਮਤਾਂ ਇਹਨਾਂ ਘਟਨਾਵਾਂ ਨੂੰ ਦੇਖ ਕਰਕੇ ਕਿਉਂ ਮੂਨ ਧਾਰ ਲੈਂਦੀਆਂ ਹਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਹਨ ਐਸੇ ਸਤਗੁਰਾਂ ਦਾ ਹੋ ਰਿਹਾ ਬਾਰ ਬਾਰ ਨਰਾਦਰ ਮੈਂ ਸਮਝਦਾ ਹਾਂ ਵੀ ਉਸ ਘਰ ਦੇ ਵਾਸਤੇ ਉਸ ਧਰਤੀ ਦੇ ਵਾਸਤੇ ਉਸ ਇਲਾਕੇ ਦੇ ਵਾਸਤੇ ਕੋਰ ਬੱਜਰ ਪਾਪ ਹੈ ਜਿ ਜਿੰਨੇ ਵੀ ਉਸ ਇਲਾਕੇ ਵਿੱਚ ਵੱਸਦੇ ਹੋਏ ਲੋਕ ਨੇ ਉਹ ਸਾਰੇ ਦੇ ਸਾਰੇ ਗੁਨਾਹਗਾਰ ਨੇ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਰਾਦਰੀ ਦਾ ਇਨਸਾਫ ਨਹੀਂ ਹੁੰਦਾ ਉਹਨਾਂ ਸਾਰਿਆਂ ਲੋਕਾਂ ਨੂੰ ਵਕਤ ਦੀ ਮਾਰ ਪੈਣੀ ਚਾਹੀਦੀ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜਿਹੜਾ ਜਿਹੜਾ ਵੀ ਮਨੁੱਖ ਉਸ ਘਟਨਾ ਦੇ ਨਾਲ ਸੰਬੰਧ ਰੱਖਦਾ ਹੈ ਚਾਹੇ ਉਹ ਪ੍ਰਸ਼ਾਸਨ ਦੇ ਵਿੱਚ ਹੈ ਚਾਹੇ ਉਹ ਕਿਸੇ ਪੁਲਿਸ ਫੋਰਸ ਦੇ ਵਿੱਚ ਹੈ ਕਿਸੇ ਵੀ ਤਰੀਕੇ ਦੇ ਨਾਲ ਉਸ ਇਲਾਕੇ ਦੇ ਵਿੱਚ ਵਾਪਰੀ ਉਸ ਘਟਨਾ ਦੇ ਨਾਲ ਜੁੜਿਆ ਹੋਇਆ ਹੈ ਸਤਗੁਰੂ ਉਹਨਾਂ ਦਾ ਅੱਗਾ ਤੇ ਪਿੱਛਾ ਖਰਾਬ ਕਰਦੇ ਉਹਨਾਂ ਦੀਆਂ ਕੁਲਾਂ ਦਾ ਨਾਸ਼ ਕਰਦੇ ਜਿਹੜੇ ਤੇਰੀਆਂ ਹੋ ਰਹੀਆਂ ਨਰਾਦਰੀਆਂ ਨੂੰ ਵੇਖ ਕੇ ਵੀ ਚੁੱਪ ਵੱਟ ਲੈਂਦੇ ਨੇ ਤੇ ਇਨਸਾਫ ਨਹੀਂ ਦੇ ਸਕਦੇ ਸਤਗੁਰੂ ਤੇਰੇ ਹੁੰਦੇ ਨਰਾਦਰ ਦੇਖ ਕਰਕੇ ਸਾਡੀ ਆਤਮਾ ਖੁਰ ਲਾਉਂਦੀ ਐ ਸਾਡਾ ਹਿਰਦਾ ਰੋਂਦਾ ਸੱਚੇ ਪਾਤਸ਼ਾਹ ਕਿਰਪਾ ਕਰ ਤੇਰੇ ਸੰਸਾਰ ਦੇ ਉੱਤੇ ਇਹੋ ਜਿਹਾ ਸ਼ੈਤਾਨੀ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਤੇਰੇ ਰੱਬੀ ਗਿਆਨ ਨੂੰ ਸਹਾਰ ਨਹੀਂ ਸਕਦੇ ਜਿਹੜੇ ਤੇਰੇ ਉਪਦੇਸ਼ ਨੂੰ ਸਹਾਰ ਨਹੀਂ ਸਕਦੇ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਤੇਰੇ ਸਰੂਪ ਦਾ ਸਤਕਾਰ ਨਹੀਂ ਕਰ ਸਕਦੇ ਸਾਨੂੰ ਐਸੇ ਲੋਕ ਇਸ ਧਰਤੀ ਤੇ ਨਜ਼ਰ ਨਹੀਂ ਆਉਣੇ ਚਾਹੀਦੇ ਕਿਰਪਾ ਕਰ ਮੇਰੇ ਪਾਤਸ਼ਾਹ ਇਹੋ ਜੇ ਸ਼ੈਤਾਨੀ ਲੋਕ ਜਿਹੜੇ ਵੀ ਤੇਰੀਆਂ ਹੋ ਰੀਆਂ ਨਰਾਦਰੀਆਂ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਸਤਗੁਰੂ ਰਾਫਤਾ ਰੱਖਦੇ ਹਨ ਉਹਨਾਂ ਨੂੰ ਜ਼ਰੂਰ ਦੰਡ ਦਿਓ ਉਹਨਾਂ ਨੂੰ ਜ਼ਰੂਰ ਬਣਦੀ ਸਜ਼ਾ ਦੇਓ